ਅੰਮ੍ਰਿਤਸਰ ਹਰਿਆਵਲ ਪੰਜਾਬ ਵੱਲੋਂ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ 2024 ਮਨਾਇਆ ਗਿਆ। ਇਸ ਦਾ ਮੁੱਖ ਵਿਸ਼ਾ ਲੋਕਾਂ ਨੂੰ ਧਰਤੀ ਦੀ ਸੁਰੱਖਿਆ ਦੇ ਨਾਲ ਇਸ ਉੱਤੇ ਪਲਾਸਟਿਕ ਦੇ ਦੁਸ਼ਤ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਵਿਭਾਗ ਪ੍ਰਚਾਰਕ ਮਿਸਟਰ ਵਿਜੇ, ਹਰਿਆਵਲ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਮੁਖੀ ਪ੍ਰੋਫੈਸਰ ਰਾਜੀਵ, ਇੰਜੀਨੀਅਰ ਮਨਜੀਤ ਸਿੰਘ ਸੈਣੀ, PN ਸ਼ਰਮਾ ਸਮੇਤ ਮੈਂਬਰ ਮੌਜੂਦ ਸਨ। ਅੱਜ ਵਰਲਡ ਅਰਥ ਡੇ ਸੀਗਾ 2024 ਦਾ, ਅਤੇ ਇਹਦੇ ਵਿੱਚ ਅਸੀਂ ਸੈਮੀਨਾਰ ਕੀਤਾ ਵਾ, ਉਹਦੇ ਵਿੱਚ ਹਰਿਆਵਲ ਪੰਜਾਬ ਵੱਲੋਂ ਸੈਮੀਨਾਰ ਕੀਤਾ ਗਿਆ ਵਾ, ਉਹਦੇ ਵਿੱਚ ਸਾਰਿਆਂ ਨੂੰ ਪਬਲਿਕ ਨੂੰ ਅਵੇਅਰ ਕਰਵਾਇਆ ਵਾ ਕਿ ਅੱਜ ਦਾ ਮੋਟੋ ਸੀਗਾ ਪਲਾਨਟ ਐਂਡ ਪਲਾਸਟਿਕ, ਕਿ ਪਲਾਸਟਿਕ ਦੀ ਵਰਤੋਂ ਜਿਹੜੀ ਹੈ ਘੱਟ ਤੋਂ ਘੱਟ ਕੀਤੀ ਜਾਵੇ। ਪਲਾਸਟਿਕ ਸਾਡੀ ਜ਼ਿੰਦਗੀ ਦੇ ਵਿੱਚ ਆਮ ਹੋ ਗਈ ਹੈ, ਹਰ ਚੀਜ਼ 'ਚ ਪਲਾਸਟਿਕ ਹੈ। ਭਾਵੇਂ 2021 ਦੇ ਵਿੱਚ ਰੂਲ ਬਣ ਗਿਆ ਸੀਗਾ, ਬੈਨ ਕਰ ਦਿੱਤੀ ਗਈ ਸੀ, ਪਰ ਕਿਸੇ ਪ੍ਰੈਸ਼ਰ ਦੇ ਨਾਲ ਜਿਹੜਾ ਉਹ ਬੈਨ ਚੰਗੀ ਤਰ੍ਹਾਂ ਹੋ ਨਹੀਂ ਸਕਿਆ। 22 'ਚ ਰਿਵਾਈਜ਼ ਵੀ ਕਰ ਦਿੱਤਾ ਕਿ ਬੈਨ ਕੀਤਾ ਜਾਂਦਾ, ਪਰ ਫਿਰ ਵੀ ਲੋਕ ਜੇ ਦੁੱਧ ਲੈਣ ਜਾਂਦੇ ਆ ਤਾਂ ਲਿਫਾਫਿਆਂ 'ਚ, ਜੇ ਸਬਜ਼ੀ ਲੈਣ ਜਾਂਦੇ ਤਾਂ ਦੂਜੇ ਪਲਾਸਟਿਕ ਦੇ ਲਿਫਾਫਿਆਂ 'ਚ, ਗਾਵਾਂ ਦੇ ਪੇਟ ਵਿੱਚੋਂ, ਮੱਛੀਆਂ ਦੇ ਵਿੱਚੋਂ, ਸਾਰਿਆਂ 'ਚ ਪਲਾਸਟਿਕ ਨਿਕਲਦੀ ਪਈ ਹੈ। ਪਲਾਸਟਿਕ ਦੀ ਵਰਤੋਂ ਨੂੰ ਘਟਾਇਆ ਜਾਵੇ, ਇਹ ਸਾਰਿਆਂ ਨੂੰ ਅਵੇਅਰ ਕੀਤਾ ਕਿ ਜੀ ਪਲਾਸਟਿਕ ਜਿਹੜਾ ਆਪਾਂ ਪਾਣੀ ਦੀਆਂ ਬੋਤਲਾਂ ਵਿਆਹ ਸ਼ਾਦੀ ਦੇ ਵਿੱਚ ਆਪਾਂ ਇੱਕ ਫੈਸ਼ਨ ਬਣ ਗਿਆ ਵਾ, ਉਹੋ ਜਿਹੀਆਂ ਦੂਜੇ ਗਲਾਸਾਂ 'ਚ ਪਾਣੀ ਪੀ ਲਿਆ ਜਾਵੇ, ਪਲਾਸਟਿਕ ਦੀ ਵਰਤੋਂ ਘਟੇਗੀ। ਕਿਉਂਕਿ ਇਹ ਸਿੰਗਲ ਯੂਜ਼ ਪਲਾਸਟਿਕ ਹੈਗਾ, ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਰਿਆਵਰਣ ਨੂੰ, ਇਹਨੂੰ ਅਵੋਇਡ ਕੀਤਾ ਜਾਵੇ।